ਮੈਂ ਅਸੀਂ ਪੁੱਛਾਂਗੇ ਜੀ। ਹਾਂਜੀ ਸਰ, ਕੀ ਕਾਰਨ ਹੈ ਜੀ ਅੱਜ ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਮੱਖਣ ਸਿੰਘ, ਮੈਂ ਖੁਜਾਰਥੀ ਹਾਂ ਪੰਜਾਬੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਤੋਂ। ਅਤੇ ਅਸੀਂ ਇਸ ਕਰਕੇ ਖੜ੍ਹੇ ਹਾਂ ਕਿ ਜਿਹੜਾ ਸਾਡੇ ਗੁਰੂ ਘਰ ਦੀ ਪਰੰਪਰਾ ਇਤਿਹਾਸ ਹੈ ਉਹ ਬਹੁਤ ਦੁਨੀਆ ਤੋਂ ਨਿਆਰਾ, ਉਹ ਰੂਹਾਨੀਆ ਅਤੇ ਅਧਿਆਤਮਿਕਤਾ ਨਾਲ ਜੁੜਿਆ ਹੋਇਆ। ਅਤੇ ਜਿਹੜੀਆਂ ਦੁਨੀਆਦਾਰੀ ਦੀਆਂ ਮੁਕਾਬਲੇਬਾਜ਼ੀ 'ਚ ਪੈ ਕੇ ਅਸੀਂ ਜਿਹੜੀਆਂ ਛੋਟੇ ਰੂਪ ਗੁਰੂ ਦੇ ਦਰਸਾਉਣ ਲੱਗੇ ਹਾਂ, ਉਹ ਭਾਵੇਂ ਨਾਟਕਾਂ ਰਾਹੀਂ ਫਿਲਮਾਂ ਰਾਹੀਂ, ਇਹ ਗੁਰੂ ਦੀ ਰੂਹਾਨੀ ਆਭਾ ਨੂੰ ਕਿਸੇ ਵੀ ਰੂਪ 'ਚ ਦਰਸਾਉਣ ਦੇ ਯੋਗ ਨਹੀਂ ਹੈਗੇ, ਅਤੇ ਨਾ ਇਹ ਗੁਰੂ ਘਰ ਦੀ ਪਰੰਪਰਾ 'ਚ ਕਿਸੇ ਤਰ੍ਹਾਂ ਸ਼ਾਮਿਲ ਨੇ। ਇਸ ਕਰਕੇ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਫਿਲਮਾਂ, ਬਹੁਤੇ ਲੋਕ ਇਹ ਕਹਿ ਰਹੇ ਆ ਕਿ ਕਾਰਟੂਨ ਅਤੇ ਐਨੀਮੇਸ਼ਨ 'ਚ ਫਰਕ ਹੁੰਦਾ, ਕੋਈ ਫਰਕ ਨਹੀਂ, ਇਹ ਸਾਰੇ ਬੁੱਤਾਂ ਦੀ ਕੋਈ ਬਰੀਕ, ਕੋਈ ਸਥੂਲ, ਕੋਈ ਸੂਖਮ ਰੂਪ ਹੈ। ਇਸ ਕਰਕੇ ਅਸੀਂ ਭਾਵੇਂ ਫਿਲਮ ਦੇ 'ਚ ਨਾਟਕ ਦੇ ਕਿਸੇ ਵੀ ਰੂਪ 'ਚ ਕੋਈ ਦ੍ਰਿਸ਼ ਦੇ ਰੂਪ 'ਚ ਗੁਰੂ ਨੂੰ ਦਰਸਾਉਣ ਦੀ, ਗੁਰੂ ਦੇ ਘਰ ਦੇ ਜਿਹੜੇ ਗੁਰੂ ਪਰਿਵਾਰ ਨੇ ਅਤੇ ਸਾਡੇ ਗੁਰੂ ਘਰ ਦੇ ਸ਼ਾਨਾ ਮੱਤੀ ਸ਼ਹੀਦ ਅਤੇ ਸਾਡੀਆਂ ਵੱਡੀਆਂ ਸ਼ਖਸੀਅਤਾਂ ਨੇ ਉਹਨੂੰ ਦਿਖਾਉਣ ਦੀ ਅਸੀਂ ਹਰਗਿਜ ਇਜਾਜ਼ਤ ਨਹੀਂ ਦੇਵਾਂਗੇ ਅਤੇ ਬੰਦ ਹੋਣਾ ਚਾਹੀਦਾ ਸਰ। ਕੀ ਇਹ ਫਿਲਮ ਦੀ ਜਿਹੜਾ ਪੂਰੀ ਤਰ੍ਹਾਂ ਦਾ ਵਿਰੋਧ ਤਾਂ ਕੀਤੀ ਹੈਗੀ? ਬਿਲਕੁਲ ਜੀ, ਕਰ ਰਹੇ ਹਾਂ ਅਸੀਂ। ਪਟਿਆਲੇ ਦੇ ਵਿੱਚ ਹੀ ਹੋ ਰਿਹਾ? ਨਹੀਂ, ਇਹ ਮਤਲਬ ਸੋਸ਼ਲ ਮੀਡੀਆ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਜਿਹੜਾ ਇਹਦਾ ਵਿਰੋਧ ਹੈ ਉਹ ਬੁਰੀ ਤਰ੍ਹਾਂ ਸ਼ੁਰੂ ਹੋ ਗਿਆ। ਅਤੇ ਪਹਿਲਾਂ ਵੀ ਨਾਨਕ ਸ਼ਾਹ ਫਕੀਰ ਦੇ ਰੂਪ 'ਚ ਦੋ ਵਾਰ ਅਟੈਂਪਟ ਕੀਤੀ ਸੀ, ਅਤੇ ਸਿੱਖ ਪੰਥ ਨੇ ਉਹਨੂੰ ਵੀ ਬਿਲਕੁਲ ਤਸੱਲੀ ਨਾਲ ਬੰਦ ਕਰਵਾਇਆ, ਅਤੇ ਇਹ ਫਿਲਮ ਵੀ ਅਸੀਂ ਚੱਲਣ ਨਹੀਂ ਦੇਵਾਂਗੇ। ਇਹ ਜਿਹੜਾ ਤੁਹਾਡਾ ਪ੍ਰੋਜੈਕਟ ਹੈ, ਇਸ ਤੋਂ ਨੈਕਸਟ ਸਟੈਪ ਕੀ ਹੋਊਗਾ ਤੁਹਾਡਾ, ਇਹ ਜਿਹੜਾ ਤੁਸੀਂ ਇੱਥੇ ਧਰਨਾ ਦੇ ਰਹੇ? ਅਸੀਂ ਪਹਿਲਾਂ ਜਿਨ੍ਹਾਂ ਨੇ ਦੇਖਣੀ ਆ ਸਿੱਖ ਸੰਗਤਾਂ ਨੇ, ਅਸੀਂ ਉਹਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਇਹ ਚਲਾਈ ਆ, ਅਤੇ ਇਹਨੂੰ ਅਸੀਂ ਆਮ ਸਿੱਖ ਸੰਗਤਾਂ ਤੱਕ, ਗੁਰਦੁਆਰਾ ਸਾਹਿਬ ਤੱਕ, ਯੂਨੀਵਰਸਿਟੀਆਂ ਤੱਕ, ਕਾਲਜਾਂ ਤੱਕ, ਪੜ੍ਹੇ ਲਿਖੇ ਸਿੱਖ ਨੌਜਵਾਨ ਵਰਗ ਤੱਕ ਲੈ ਕੇ ਜਾਵਾਂਗੇ ਕਿ ਸਾਡੀਆਂ ਪਰੰਪਰਾ ਦਾ ਘਾਣ ਹੈ। ਅਤੇ ਤੁਸੀਂ ਜਿਹੜਾ ਇਹ ਇੱਥੇ ਹੀ ਬੰਦ ਕਰੋਗੇ ਇਹਨੂੰ ਧਰਨੇ ਨੂੰ, ਜਾਂ ਅੱਗੇ ਵੀ ਤੁਸੀਂ ਰੋਸ ਮਾਰਚ ਕਰਨਾ? ਨਹੀਂ, ਅਸੀਂ ਇਹਨੂੰ ਲਾਇਬ੍ਰੇਰੀ 'ਤੇ ਜਾ ਕੇ ਖਤਮ ਕਰਾਂਗੇ, ਅਤੇ ਸ਼ਾਮ ਨੂੰ ਅਸੀਂ ਇਹ ਗੁਰਦੁਆਰਾ ਦੂਖ ਨੁਮਾਨ ਸਾਹਿਬ ਸੰਗਤਾਂ ਨੂੰ ਜਾਗਰੂਕਤਾ ਵਾਸਤੇ ਉੱਥੇ ਜਾ। ਅਸੀਂ ਜਿਹੜੀਆਂ ਸਿੱਖੀ ਦੀਆਂ ਸੰਸਥਾਵਾਂ ਨੇ ਇਸ ਟਾਈਮ ਮੌਜੂਦਾ ਟਾਈਮ 'ਚ, ਉਹ ਅਕਾਲ ਤਖਤ ਸਾਹਿਬ ਹੈ ਅਤੇ ਹੋਰ ਵੀ ਜਿਹੜੀਆਂ ਵੱਖ ਵੱਖ ਸਾਡੀਆਂ ਸੰਸਥਾਵਾਂ ਨੇ, ਅਸੀਂ ਉਹਨਾਂ ਦੇ ਪ੍ਰਬੰਧਕਾਂ ਨੂੰ ਮਿਲਾਂਗੇ। ਅਤੇ ਇਸ ਗੱਲ ਦੇ ਲਈ ਇਹ, ਕਿਉਂਕਿ ਸਾਡੇ ਗੁਰੂ ਨਾਲ ਅਤੇ ਸਾਡੀ ਰੂਹਾਨੀਅਤ ਨਾਲ, ਇਹ ਸਾਡੀ ਰੂਹਾਨੀ ਖੁਦਕੁਸ਼ੀ ਦਾ ਰਾਹ ਖੋਲ੍ਹਦੀਆਂ ਨੇ ਚੀਜ਼ਾਂ, ਅਤੇ ਇਹਦੇ ਨਾਲ ਸਾਡੀ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੀ ਸੁਰਤ ਦੇ ਵਿੱਚ ਵੱਡੇ ਪਾੜੇ ਪੈ ਜਾਣਗੇ ਸਾਡੀਆਂ ਸ਼ਹੀਦਾਂ ਨੂੰ ਅਤੇ ਸਾਡੀਆਂ ਪਰੰਪਰਾ ਨੂੰ ਲੈ ਕੇ। ਅਤੇ ਅਸੀਂ ਇਸ ਦੇ ਜਾਗਰੂਕਤਾ ਮੁਹਿੰਮ ਵੱਲ ਨੂੰ ਵੱਧਦੇ ਹੋਏ ਅਤੇ ਇਹਨੂੰ ਬੰਦ ਕਰਾਉਣ ਤੱਕ ਜਾਵਾਂਗੇ।